ਹਾਂਜੀ ਮੇਰੇ ਦੋਸਤੋ, ਮੈਂ ਤੁਹਾਡਾ ਆਪਣਾ ਆਈ ਆ ਯੋਜਲਾ ਤੇ ਆਪਣਾ ਵੀਰ ਆਏ ਯੋਜਲਾ। ਤੁਹਾਨੂੰ ਪਤਾ ਕਿ ਆਪਣਾ ਬਲੌਗ ਕਿੰਨੇ ਟਾਈਮ ਤੋਂ ਨਹੀਂ ਆਇਆ ਵੀਰੇ। ਗੱਲ ਏਦਾਂ ਹੋਈ ਕਿ ਮੈਂ ਵਿੱਚੇ ਬਿਮਾਰ ਹੋ ਗਿਆ, ਡੇਂਗੂ ਡੂੰਗੂ ਜਿਹਾ ਹੋ ਗਿਆ ਸੀ। ਅੱਛਾ ਜੀ, ਪਰ ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ। ਔਜਲੇ ਹੁਣੀ ਆ ਗਏ ਆ ਤੇ ਹੁਣ ਆਪਾਂ ਬਲੌਗ ਲੱਗੇ ਜੀ ਬਣਾਉਣ। ਆਪਾਂ ਚੱਲੇ ਹਾਂ ਜੀ ਟੂਰ, ਕਿੱਥੇ ਚੱਲੇ ਹਾਂ? ਅੰਮ੍ਰਿਤਸਰ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅੰਮ੍ਰਿਤਸਰ ਸਾਰੇ ਜਿਹੜੇ ਟੂਰਿਸਟ ਪਲੇਸ ਆ ਉੱਥੇ ਘੁੰਮਾਂਗੇ ਤੇ ਬਾਕੀ ਆਪਾਂ ਹੁਣ ਜੰਡਿਆਲੇ ਤੱਕ ਆਪਾਂ ਚੱਲੇ ਹਾਂ ਆਪਣੀ ਗੱਡੀ ਵਿੱਚ। ਤੇ ਆਪਣੇ ਪਿੱਛੇ ਸਾਥੀ ਤਿੰਨ ਪਿੱਛੇ ਬਿਠਾਏ ਆ, ਉਹ ਬੰਦੇ ਲੋ ਕਲਾਸ ਜੀ ਦੇ ਆ। ਅੱਛਾ, ਇਸ ਲਈ ਹੁਣ ਆਪਾਂ ਫਿਰ ਤੁਹਾਨੂੰ ਸਾਰਾ ਦਿਖਾ ਲਾਂਗੇ, ਬਲੌਗ ਮਿਸ ਨਾ ਕਰਿਓ। ਅੱਤੇ ਆ ਇਹਨੂੰ ਘੈਂਟ ਆ ਵੀਰੇ, ਤੇ ਚੈਨਲ ਸਬਸਕ੍ਰਾਈਬ ਕਰ ਲਓ, ਜਿਹਨੇ ਨਹੀਂ ਕੀਤਾ ਲਾਈਕ ਕਮੈਂਟ ਸ਼ੇਅਰ ਕਰ ਲਓ ਜੀ। ਓਕੇ, ਆਪਣੀ ਗੱਡੀ ਫਿਰ ਆਪਣੀ ਜੜਿਆਲੇ ਵਾਪਸ ਲੈ ਕੇ ਆਣੀ। ਉਹ ਡਰਾਈਵਰ ਆਪਣਾ ਉਹ ਜਾਮਣ ਤੇ ਚੜਿਆ ਆ, ਥੱਲੇ ਨਹੀਂ ਉਤਰਨਾ, ਕਰਦੀਆਂ ਬਾਜਾਂ ਮੰਨ ਗਈ, ਲੇਟ ਹੋ ਜਾਣਾ। ਯਾ ਆਸ਼ੂ ਬ੍ਰੋ, ਬੌਬੀ, ਸਚਿਨ, ਸਾਹਿਲ, ਫਗਵਾੜੇ ਬੱਸ ਸਟੈਂਡ ਪਹੁੰਚ ਗਏ ਆਪਣਾ ਵੀਡੀਓ। ਹਾਂ, ਪਤਾ ਹੀ ਨਹੀਂ ਸੀ ਸਾਨੂੰ। ਫਗਵਾੜੇ ਰੇਲਵੇ ਸਟੇਸ਼ਨ ਤੇ 10 ਕੁ ਕਿਲੋਮੀਟਰ ਆਏ ਆ, ਭੁੱਖ ਲੱਗ ਗਈ ਆਦੇ ਆਸ਼ੂ ਨੂੰ। ਕਿੰਨੇ ਦੇ ਆ? 10 ਦੇ 2 ਆ, ਇਹਨੂੰ ਦੇ ਦੇ ਭਰਾਵਾ, ਇਹ ਬਹੁਤ ਭੁੱਖਾ ਆ। ਇਹ ਚੁੱਬੇ ਰੱਖ ਲਾ ਕੇ ਦੇ ਦੇ ਕੇ ਦਸਾਂ ਦੇ 2 ਅਭੀ ਟੇਸਟ ਕਰਤੇ ਹੈਂ। ਵਾਓ, ਤੁਸੀਂ ਖਾਣੇ ਆ ਜੀ ਇੱਦਾਂ ਦੇ, ਤੇ ਫਗਵਾੜਾ ਬੱਸ ਸਟੈਂਡ ਦੇ ਪਿੱਛੇ ਲੋ ਜੀ, ਪੜਾਕੂ ਬੰਦੇ ਨਾਲ ਲਿਆਂਦੇ, ਫੇਰ ਵੀ ਪੁੱਛ ਕੇ ਜਾਂਦੇ, ਪਤਾ ਲੱਗਦਾ ਨੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ। ਇਹ ਲੇਟ ਹੋ ਗਿਆ, ਘਰੇ ਰੋਂਦਾ ਸੀ, ਪਤਾ ਨੀ ਕਿੱਦਾਂ ਇੰਨੀ ਜਲਦੀ ਤਿਆਰ ਹੋ ਕੇ ਆ ਗਿਆ। ਯਾਤਰੀ ਕਨ ਕਿਰਪਿਆ ਧਿਆਨ ਦੇ, ਲੈ ਲੈ ਪਿਆਰ ਬਹੁਤ ਕੌਣ ਹੈ ਇਹ ਲੋਕ, ਕਹਾਂ ਸੇ ਆਤੇ? ਪਿਛਲੇ ਡੱਬੇ ਹੀ ਕਹਿੰਦੇ ਬਹਿ ਜਾ ਪੈਣਾ, ਇਹਨਾਂ ਦੇ ਲਾਇਕ ਹੈ ਨਹੀਂ ਉਹ ਤਾਂ, ਜਿਹਨਾਂ ਨੇ ਚੜਾ ਤਾਂ ਲਿਆ। ਦੇਖਿਆ ਟ੍ਰੇਨ ਚ ਪਹਿਲੀ ਵਾਰੀ ਆਏ ਕਿੱਦਾਂ ਖੁਸ਼ ਹੁੰਦੇ। ਇਹਨਾਂ ਦੇ ਲਾਈਕ ਹੈ ਨੀ ਸੀ ਤਾਂ ਹੀ ਇੱਥੇ ਬਣਾਈ। ਸਤਿ ਸ੍ਰੀ ਅਕਾਲ ਦੋਸਤੋ, ਟ੍ਰੇਨ ਚ
ਜਾਂਦੇ ਪਏ ਆ ਤੇ ਮੈਂ ਰੋਹਿਤ ਹਾਂ ਜੀ ਹਾਂ ਜੀ ਹਾਂ ਜੀ ਕਹਿੰਦਾ ਟ੍ਰੇਨ ਪੁੱਠੀ ਜਾਂਦੀ ਆ ਪੁੱਠੀ ਚੱਲਦੀ ਆ ਇਹ ਬੱਸ ਪਾਇਆ ਜਿਹੜੀ ਟ੍ਰੇਨ ਚ ਏਦਾਂ ਕਰਦੇ ਤਾਂ ਜਹਾਜ਼ ਨਹੀਂ ਬੈਠੇ ਹੁੰਦੇ ਫੀਲਿੰਗ ਜਹਾਜ਼ ਵਾਲੀ ਲੈਂਦੇ ਨਾਲ ਲਿਆਂਦਾ ਘਰੇ ਸਰਕਾਰੀ ਟੂਟੀਆਂ ਲੱਗੀਆਂ ਇੱਥੇ ਆ ਕੇ ਤੁਹਾਡੇ ਡਿਸਪੋਜ਼ਲ ਲੈਂਡ ਹੈ ਪਹੁੰਚ ਗਏ ਜਲੰਧਰ 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 ਸਾਡਾ ਬੰਦਾ ਇੱਕ ਰਹਿ ਗਿਆ ਹੁਣ ਉਹਨੂੰ ਕਿਹਾ ਬਿਆਸ ਆ ਜੀ ਟ੍ਰੇਨ ਜਾਣ ਨੂੰ ਤੁਰ ਪਈ ਸੀ ਇਹਨਾਂ ਨੇ ਰੇਲ ਗੱਡੀ ਫਿਲਮਾਂ ਵਾਲਾ ਸ਼ੋਅ ਬਣਾਇਆ ਆ ਰੇਲਵੇ ਸਟੇਸ਼ਨ ਤੇ ਕਿਉਂਕਿ ਆਪਣਾ ਅਰਕੁਰੀ ਪਿੱਛੇ ਰਹਿ ਗਿਆ ਸੀ ਸਾਰੇ ਹੁਣ ਬਾਰੀ 'ਚ ਬਹਿ ਗਏ ਆ ਤੇ ਹੁਣ ਉਤਰਨਾ ਪੈਣਾ ਇੱਥੇ ਜਾਣਾ ਆਪਾਂ ਅੰਮ੍ਰਿਤਸਰ ਸੀ ਔਰ ਅਸੀਂ ਹੁਣ ਅਸੀਂ ਗੁਰੀ ਜਾਨੂ ਦੀ ਵੇਟ ਕਰਦੇ ਹਾਂ ਹੁਣ ਉਹ ਪਿੱਛੇ ਦੌੜ ਦੌੜ ਕੇ ਆਉਣ ਡਿਆ ਬੋਬੀ ਬ੍ਰੋ ਤੁਸੀਂ ਕੁਛ ਦੋ ਸ਼ਬਦ ਕਿਹੋ ਉਹ ਯਾਰ ਵਿਆਹ ਦਾ ਬਹੁਤ ਵਧੀਆ ਨਾ ਆਹ ਜਿਹੜਾ ਬੱਸ ਸਟੈਂਡ ਕੀ ਕਹਿੰਦੇ ਹੁੰਦੇ ਰੇਲਵੇ ਸਟੇਸ਼ਨ ਬਹੁਤ ਹੀ ਐਂਡ ਆ ਬਹੁਤ ਹੀ ਸਫਾਈ ਰੱਖੀ ਹੋਈ ਆ ਇਹ ਨੰਬਰ 1 ਪੰਜਾਬ ਦਾ ਵਿਆਹ ਸਟੇਸ਼ਨ ਹੈ ਜਿੱਥੇ ਅਸੀਂ ਆ ਚੁੱਕੇ ਹਾਂ ਦੇਖੋ ਸਾਰਾ ਕੁਝ ਖਾ ਕੇ ਜਿੰਨਾ ਕੁਝ ਸੀਗਾ ਬੱਜਿਆ ਬੱਜਿਆ ਹੀ ਖਾ ਕੇ ਮਰਿਆ ਵਾਂਗੂ ਸੁੱਤਾ ਪਿਆ ਬੁਰੀ ਬੁਰੀ ਬਣਾ ਖੜੇ ਹੋਏ ਜੀ ਨਿਕਲ ਦੇ ਫੈਨ ਪੋਲੀ ਕੌਣ ਇਹ ਲੋਕ ਗੁਰੀ ਦੀ ਵੇੜ ਆ ਦੇ ਆ ਗਿਆ ਗੁਰੀ ਗੁਰੀ ਦੀ ਵੇੜ ਆ ਦੇ ਲੰਘ ਗਿਆ ਗੁਰੀ ਗੁਰੀ ਦਾ ਵੈਲਕਮ ਚੱਲ ਪਾਣੀ ਰੇਲ ਗੱਡੀ ਯਾਰ ਓਕੇ ਭਾਜੀ ਬਾਏ ਚੰਗਾ ਚੰਗਾ ਭਾਜੀ ਕੀ ਗੱਲ ਚੰਗਾ ਸਾਹਿਲ ਦੂਧ ਵਾਲੀ ਕੁਲਫੀ ਆਟੋ ਲੈ ਲਈ ਪਿੱਛੇ ਚੱਲ ਪਿੱਛੇ ਅੰਕਲ ਇਹਨੂੰ ਬਿਠਾ ਦਈਏ ਉੱਤੇ ਇਹ ਚੁੱਭੇ ਆ ਨਿੰਬੂ ਵਾਲਿਆਂ ਦੀ ਬਸ ਰੂਮ ਲੈ ਲਿਆ ਤੇ ਮੁੰਡੇ ਆਪਣੇ ਸਾਰੇ ਡਬਲ ਬੈਡ ਮਿਲ ਗਿਆ
ਇੰਨੇ ਖੁਸ਼ ਨੇ ਮੁੰਡੇ, ਬਹੁਤ ਖੁਸ਼ ਅੱਜ ਪਹਿਲੀ ਵਾਰ ਰੂਮ ਆਏ ਹੁਣ ਆਪਾਂ ਖਾਣਾ ਖਾ ਕੇ ਆਉਂਦੇ ਵਾਪਸ। ਲੰਗਰ ਚੱਲਦਾ ਹੋਊਗਾ ਉੱਥੇ ਫ੍ਰੀ ਵਾਲਾ? ਨਹੀਂ, ਭੁੱਖ ਬਹੁਤ ਲੱਗੀ ਆ ਫ੍ਰੀ ਦਾ। ਦੇਖੋ ਓਏ ਹੋਏ ਕੀ ਬਾਤ ਹੈ ਬੋਬੀ, ਅੱਤ ਕਰਾਈ ਪਈ ਆ ਤੁਸੀਂ। ਲੌਕ ਲਾ ਦੇ ਆਪਣਾ ਸਮਾਨ ਬਹੁਤ ਪਿਆ ਬੋਬੀ, ਲੌਕ ਲਾ ਦੇ, ਚੱਲ ਲੱਗ ਜਾਣਾ ਆਪੇ ਉੱਧਰ ਲੱਗ ਗਿਆ। ਮੰਮਾ ਤੋੜ ਨਾ ਤੇ ਲੱਗ ਗਿਆ ਉਹ ਕਾਰਡ ਮੇਰੇ ਤੋਂ ਮਾਂ, ਅਜਾ ਲੱਗ ਗਿਆ ਉਹ ਲੱਗ ਗਿਆ ਬਾਬਾ। ਇਹ ਬੜੀ ਅੱਛੀ ਬਾਤ ਕਹੀ ਆ, ਜੇ ਦੇਖੋ ਤਾਂ ਕਿੱਦਾਂ ਛਕਣ ਲੱਗੇ। ਵਾਓ ਤਿੰਨ ਵੱਜੇ ਆ ਦੇਖ ਲਓ, ਜਾ ਤੇ ਪੈਦਰ ਮੂਡ ਤੋੜਦਾ ਸਿਰ ਪਈ ਵੈਲਕਮ। ਬੈਡ ਦਾ ਹੀ ਇੰਨਾ ਚਾਹ ਆ ਉਹਦੇ, ਇੰਨਾ ਚਾਹ ਕਦੀ ਬੈਡ ਨੀ ਦੇਖਿਆ ਨਾ ਇੱਦਾਂ ਦੇ। ਬਸ ਸਹੀ ਹੈ, ਘਰੇ ਆ ਇਕੱਲੇ ਉਹ ਤਾਂ ਇੱਦਾਂ ਦਾ ਹਰਕਤ ਆਇਆ ਫੇਰ ਕਹਿੰਦੇ ਦੇਸ਼ ਨੇ ਰਹਿਣ ਯੋਗ ਨੀ ਹੈਗਾ। ਇੱਕ ਬੰਦਾ ਪੁਰਾਣੇ ਗਾਣੇ ਬਹੁਤ ਸੁਣਦਾ, ਪੁਰਾਣਾ ਕਲਾਕਾਰ, ਦਿਲ ਟੁੱਟਿਆ ਹੋਇਆ ਸਾਹਿਲ ਬ੍ਰੋ। ਓਏ ਹੋਏ ਪੂਰੇ ਹੋ ਗਏ, ਨਾ ਨਾ ਰੋਣਾ ਨੀ ਯਾਰ, ਕੋਈ ਨੀ ਹੋ ਜਾਂਦਾ। ਪਿਆਰ ਨਹੀਂ ਉਹ ਮਿਲਿਆ, ਸੱਚਾ ਪਿਆਰ ਨਹੀਂ ਉਹ ਮਿਲਿਆ, ਸੱਚਾ ਪਿਆਰ ਨਹੀਂ ਉਹ ਮਿਲਿਆ। ਅੱਛਾ ਆ ਸਾਹਿਲ ਦਾ ਪਹਿਰਾ ਆ ਗਿਆ, ਹੁਣ ਆਸ਼ੂ ਗਾ ਕੇ ਹਟਿਆ। ਇਹ ਸਭ ਕਿਆ ਦੇਖਣਾ ਪੜ ਰਿਹਾ ਹੈ, ਅੱਛਾ ਹੈ ਮੈਂ ਅੰਧਾ ਹੂੰ। ਦੁੱਖ ਚ ਪੈਂਦੀਆਂ ਹਾਂ, ਇਹ ਕਰ ਲਓ ਪਹਿਲੇ। ਸੱਚਾ ਉਹ ਬਦਲਾ ਭਰਾਵਾ, ਰੋਣਾ ਆ ਗਿਆ ਸਾਨੂੰ।
ਦੀ ਪਰੀ ਚੰਡੀਗੜ੍ਹ ਦੀ ਕਰੇ ਭੀਮ ਖਤਮ ਹੋ ਗਏ ਆ ਹੋਟਲ ਤੇ ਹੁਣ ਖਰਚਾ ਨੀ ਪੂਰਾ ਹੁੰਦਾ ਹੁਣ ਲੜੀ ਜਾਂਦੇ ਆ 350-350 ਰੂਮ ਤੇ ਸਾਰਿਆਂ ਤੋਂ ਪੈਸੇ ਖਤਮ ਹੋ ਗਏ ਆ ਕੁਛ ਬੰਦਿਆਂ ਤੋਂ ਹੈਗੇ ਆ ਜਿੱਦਾਂ ਦਾਨੀ ਸੱਜਣ ਸਾਡੇ ਬੋਵੀ ਔਜਲਾ ਸਾਹਿਲ ਔਜਲਾ ਰੋਹਿਤ ਔਜਲਾ ਸਭ ਤੋਂ ਪੈਸੇ ਖਤਮ ਹੋ ਗਏ ਆ ਆਹ ਦੀ ਪੈਸੇ ਹੁਣ ਸਾਰੇ ਦਸ ਪਏ ਰਹਿਣ ਦਾ ਸਾਰਿਆਂ ਦਾ ਦਿਲ ਕਰਦਾ ਆ ਆਹ ਬੰਦੇ ਦਾ ਬਹੁਤ ਰਹਿਣ ਨੂੰ ਦਿਲ ਕਰਦਾ ਸੀ ਅਸੀਂ ਚੱਲੇ ਗਾਨੋ ਆਸ਼ੂ ਆਜੋ ਬੈਗ ਬੂਗ ਚੱਕ ਲਿਓ ਆਪਣਾ ਚਾਰ ਚੂਰ ਚ ਕਬੀਰ ਚੰਗਾ ਗੁਰੀ ਤੁਸੀਂ ਰੈਡ ਰੂਮ ਚ ਅਸੀਂ ਚੱਲਦੇ ਆ ਜਾਣਾ ਤਾਂ ਅਸੀਂ ਚੱਲੇ ਆ ਗੁਰੀ ਨੂੰ ਰੂਮ ਇੱਥੋਂ ਦੀ ਜਾਣਾ ਆਪਾਂ ਇੱਧਰ ਆ ਲਓ ਜੀ ਕਮਰਾ ਬਹੁਤ ਸੋਹਣਾ ਸੀ ਆਪਾਂ ਅੱਜ ਚੱਲੇ ਘਰ ਨੂੰ ਗੁਰੀ ਸਾਨੂੰ ਜੀ ਥੱਲੇ ਛੱਡਣ ਚੱਲੇ ਨੀਚੇ ਰਾਤ ਦੇਖੇ ਸਾਨੂੰ ਬਾਹਰ ਕੱਢਦਾ ਗੁਰੀ ਇੱਥੇ ਰਹੂਗਾ ਕਹਿੰਦੇ ਹੋਟਲ ਮਹਿੰਗਾ ਆ ਇੱਜ਼ਤ ਹੈ ਨਹੀਂ ਇਹਨਾਂ ਦੀ ਬਾਹਰ ਕੱਢਦੇ ਆ ਉਹਦੇ ਵਿੱਚ ਆ ਗਏ ਆਪਾਂ ਬੱਸ ਸਟੈਂਡ ਓਕੇ ਭਾਜੀ ਸ਼ੁਕਰੀਆ ਘੰਟਾ ਹੋ ਗਿਆ ਏਸੀ ਬੱਸ ਉਡੀਕ ਰਹੀ ਹੀਟਰ ਵਾਲੀ ਬੱਸ ਬਹਿ ਕੇ ਚੱਲੇ ਰੁਕੋ ਜਰਾ ਸਬਰ ਕਰੋ ਮਰਜਾਏ ਚੈਟਿੰਗ ਕਰਦਾ ਹੋਇਆ ਉਹ ਕਲੇਨ ਦੀ ਫਰਾਕ ਕਹਿੰਦਾ ਉੱਤਰ ਕੇ ਦੌੜਨਾ ਬੜਾ ਮੁੜ ਕੇ ਆਉਣਾ ਉੱਤਰ ਜਾ ਆ ਦੇ ਬਸ ਉੱਡ ਜਾਂਦੀ ਆ ਦੇ ਉਹ ਚਿੱਕੇ ਵਾਲੇ ਓ ਮਾਈ ਗॉड ਓ ਮਾਈ ਗॉड ਖੋਜੋ ਉਹ ਖੋਜੇ ਖੋਜੇ ਆਈ ਭਾਈ ਸ਼ਬੀਲ ਤੇ ਰੋਕ ਲੈਂ ਯਾਰ ਅੱਛਾ ਆ ਮੁੰਡਿਆ ਮੂੰਹ ਸੁੱਕਿਆ ਪਿਆ ਆ ਦੇ ਸੁੱਕਾ ਪਿਆ ਗਲਾ ਸੁੱਕ ਗਿਆ ਭਾਈ ਗਲੇ ਸੁੱਕੇ ਪਏ ਸਾਰੇ ਸ਼ਬੀਲ ਤੇ ਰੋਕ ਲਿਆ ਅੱਛਾ ਅੱਛਾ ਭਾਈ ਹੈਲਪ ਕਰੀਏ ਨਹੀਂ ਭਾਈ ਮੁੰਡਾ ਭੇਜੀਏ ਆ ਮੁੰਡਾ ਤਿਆਰ ਹੈ ਮੈਂ ਕਿਹਾ ਹਾਂ ਇਹ ਡੈਡੀ ਦੀ ਇਹੀ ਕੰਮ ਹੈ ਭਾਈ ਸ਼ਬੀਲ ਤਾਂ ਨਹੀਂ ਲੱਗੇਗਾ ਹੈ ਸ਼ਬੀਲ ਲੱਗੀ ਹੈ ਮੈਂ ਕਿਹਾ ਅੱਛਾ ਲੱਗੇ ਨਹੀਂ ਸ਼ਬੀਲ ਆਉਂਦੀ ਹੈ ਅੱਛਾ 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 ਆ ਪਾਣੀ ਤਾਂ ਬਹੁਤ ਡੁੱਲਿਆ ਮੈਂ ਕਿਹਾ ਤੁਰੇ ਜਾਓਗੇ ਕੋਈ ਨਗਰ ਨਹੀਂ ਕੋਈ ਕੋਈ ਪਾਣੀ ਵੀ ਔਖਾ ਇਹਨਾਂ ਇਹ ਪਾਣੀ ਵੀ ਨਹੀਂ ਪੀਂਦੇ ਜਲਦੀ ਸੀ ਨਾ ਪਾਣੀ
ਲੇਟ ਭਾਜੀ ਹੀਟਰ ਲਾਇਆ ਬੱਸ ਚ ਨਵੀਂ ਬੱਸ ਚ ਹੀਟਰ ਲਗਾ ਦਿੱਤਾ ਯਾਰ ਤੂੰ ਯਾਰ ਤਾਈ ਅੰਮ੍ਰਿਤਸਰ ਜੜਿਆਲੇ ਤੱਕ ਸਫ਼ਰ ਕਰਦੇ ਅੱਜ ਉਹ ਨਹੀਂ ਥੱਕ ਗਏ ਮੈਂ ਤਾਂ ਸੁੱਤਾ ਹੀ ਰਿਹਾ ਸਾਡਾ ਲੋਅ ਬਜਟ ਹੋਣ ਦੇ ਬਾਵਜੂਦ ਪਹੁੰਚਣ ਦੀ ਬੋਵੀ ਨੂੰ ਬੋਲਣ ਦਾ ਮੌਕਾ ਦਿਓ ਕਿੱਦਾਂ ਰਿਹਾ ਤੁਹਾਡਾ ਸਫ਼ਰ ਆ ਜੀ ਸਫ਼ਰ ਤੋਂ ਆ ਗਏ ਮੁੰਡੇ ਛੋਟੇ ਹਾਥੀ ਜਾਏ ਤੇ ਬੱਸਾਂ ਜਾਏ ਬਹੁਤ ਸੋਹਣਾ ਲੱਗਾ ਬੋਵੀ ਭਾਜੀ ਜੋ ਕਿ ਬਹੁਤ ਵਧੀਆ ਨਹੀਂ ਕਮੈਂਟਰੀ ਕੀਤੀ ਬਾਤ ਸਹੀ ਹੈ ਤੀ ਇੱਕ ਤੋਂ ਲਾਈਕ ਔਰ ਸ਼ੇਅਰ ਠੋਕ ਦੀ ਮਾਂ ਕਾਲ ਕਰ ਦਬਾ ਕੇ ਲਾਈਕ ਔਰ ਸ਼ੇਅਰ ਠੋਕ ਦੀਜੀਏ ਪੂਰਾ ਸਾਲ ਮਿਹਨਤ ਕਰਤਾ ਹੂੰ ਆਪਕੇ ਲਈ ਬੇਟਾ ਐਸਾ ਨਹੀਂ ਚਲੇਗਾ ਐਸਾ ਨਹੀਂ ਚਲੇਗਾ ਤੋ ਲਾਈਕ ਔਰ ਸ਼ੇਅਰ ਠੋਕ ਦੀ ਮਾਂ ਕਾਲ ਕਰ ਦਬਾ ਕੇ ਲਾਈਕ ਔਰ ਸ਼ੇਅਰ ਠੋਕ ਦੀਜੀਏ